ਆਪਾਂ ਗੱਲ ਕਰਦੇ ਹਾਂ ਜਿਹੜੇ ਸਟੂਡੈਂਟ ਕਹਿੰਦੇ ਵੀ ਸਾਡੇ ਤੋਂ ਆਪਦਾ ਲਿਖਾ ਨਹੀਂ ਪੜ੍ਹਿਆ ਜਾਂਦਾ, ਜਿਹੜੇ ਕਹਿੰਦੇ ਵੀ ਅਸੀਂ ਲਿਖ ਲੈਂਦੇ ਹਾਂ ਡਿਕਟੇਸ਼ਨ ਤਾਂ ਲਿਖਣ ਦੀ ਲੱਗਦਾ ਹੁੰਦਾ ਵੀ ਬਹੁਤ ਵਧੀਆ ਲਿਖੀ ਗਈ ਆ ਪਰ ਆਪਦਾ ਲਿਖਾ ਨਹੀਂ ਪੜ੍ਹਿਆ ਜਾਂਦਾ, ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਪ੍ਰੋਬਲਮ ਹੁੰਦੀ ਆ। ਉਹਦਾ ਕਾਰਨ ਬਸ ਆਊਟਲਾਈਨ ਹੀ ਆ, ਸਪੀਡ ਵੱਧ ਲਿਖਦੇ ਹੋ, ਰਾਈਟਿੰਗ ਮਾੜੀ ਆ, ਪਹਿਲਾਂ ਮਿਹਨਤ ਕੀਤੀ ਨਹੀਂ ਅਤੇ ਹੁਣ ਫਸਟ ਬੁੱਕ ਤਾਂ ਬਿਨਾਂ ਮਿਹਨਤ ਤੋਂ ਲਗਾਤੀ ਆ ਅਤੇ ਨੈਕਸਟ ਜਿਹੜੀ ਕਿਤਾਬਾਂ ਆ ਗਈਆਂ ਉਹ ਹੋ ਗਈਆਂ ਫਾਸਟ ਅਤੇ ਹੁਣ ਤੁਹਾਡਾ ਟੀਚਰ ਵੀ ਫਾਸਟ ਬੋਲ ਰਿਹਾ ਅਤੇ ਤੂੰ ਇੱਕ ਰਿਕਾਰਡਿੰਗ ਮਿਲਦੀ ਵੀ ਯੂਟਿਊਬ 'ਤੇ ਉਹ ਵੀ ਫਾਸਟ ਮਿਲਦੀ ਆ ਅਤੇ ਆਊਟਲਾਈਨ ਜਾਂਦੀ ਵਿਗੜ। ਉਹਦਾ ਹੁਣ ਹੱਲ ਕੀ ਕੀਤਾ ਜਾਵੇ? ਉਹਦਾ ਹੱਲ ਤਾਂ ਪਹਿਲਾਂ ਤਾਂ ਉਹਦੇ ਜਿਹੜੇ ਰਜਿਸਟਰ ਹੈਗੇ ਆ ਜਿਹੜੇ ਪ੍ਰੈਕਟਿਸ ਕਰਦੇ ਹਾਂ ਉਹ ਛੱਡਣਾ ਪੈਣਾ, ਜਿੰਨਾ ਏਰੀਆ ਘਟੂਗਾ ਉੱਨੀ ਆਊਟਲਾਈਨ ਸਾਫ਼ ਹੋਏਗੀ। ਜਿਹਨਾਂ ਤੋਂ ਆਪਦਾ ਲਿਖਾ ਨਹੀਂ ਪੜਿਆ ਜਾਂਦਾ ਉਹਨਾਂ ਨੇ ਕੀ ਕਰਨਾ ਹੈਗਾ, ਡਿਕਟੇਸ਼ਨ ਲਿਖਣੀ ਆ, ਇੱਕ ਤਾਂ ਹੁਣ ਲਿਖੀ ਆ ਕਰੰਟਲੀ ਲਿਖੀ ਆ ਅਤੇ ਨਾਲ ਦਿਨ ਟਾਈਪ ਕਰਤਾ ਉਹ ਤੁਹਾਨੂੰ ਤਾਜ਼ੀ ਤਾਜ਼ੀ ਯਾਦ ਰਹਿੰਦੀ ਆ, ਉਹ 'ਤੇ ਡੇਟ ਪਾ ਦਿਉ, ਠੀਕ ਆ। ਉਸੇ ਡਿਕਟੇਸ਼ਨ ਤੁਸੀਂ ਫਿਰ 10 ਦਿਨਾਂ ਬਾਅਦ 5 ਦਿਨਾਂ ਬਾਅਦ ਉਸਨੂੰ ਪੜ੍ਹ ਕੇ ਵੇਖਣਾ ਵੀ ਪੜ੍ਹਿਆ ਜਾ ਰਿਹਾ, ਉਸਨੂੰ ਹਫ਼ਤੇ ਬਾਅਦ ਜਾਂ 15 ਦਿਨਾਂ ਬਾਅਦ ਉਹਨੂੰ ਪੜ੍ਹ ਕੇ ਵੇਖੋ, ਜਿਹੜਾ ਪੁਰਾਣਾ ਭਰਾ ਲਿਖਿਆ ਸੀਗਾ ਮਹੀਨੇ ਬਾਅਦ ਉਹ ਜਿਹੜਾ ਪੁਰਾਣਾ ਭਰਾ ਲੰਘ ਚੁੱਕਿਆ ਉਹ ਪੜ੍ਹਿਆ ਜਾ ਰਿਹਾ। ਜੇ ਪੜ੍ਹਿਆ ਨਹੀਂ ਜਾ ਰਿਹਾ ਇਹਦਾ ਮਤਲਬ ਤੁਹਾਡੀ ਉਹ ਆਊਟਲਾਈਨ ਗਲਤ ਆ, ਕਿਉਂਕਿ ਅੱਜ ਤਾਂ ਤੁਸੀਂ ਹੁਣੇ ਟਾਇਰ ਇੱਕ ਪਹਿਲਾਂ ਲਿਖਿਆ ਆ ਅਤੇ ਹੁਣੇ ਤੁਸੀਂ ਪੜ੍ਹਤਾ ਉਹ ਤਾਂ ਵੈਸੇ ਯਾਦ ਰਹਿ ਜਾਂਦਾ ਵੀ ਆਊਟਲਾਈਨ ਕੀ ਸੀਗੀ। ਜੇ ਨਹੀਂ ਪੜ੍ਹਿਆ ਜਾ ਰਿਹਾ 15 ਦਿਨ ਬਾਅਦ ਵਾਲਾ ਪਹਿਰਾ ਨਹੀਂ ਪੜ੍ਹਿਆ ਜਾ ਰਿਹਾ, ਇਹਦਾ ਮਤਲਬ ਆਪਣੀ ਟੈਕਨੀਕ 'ਚ ਪ੍ਰੋਬਲਮ ਹੈਗੀ, ਆਪਣੀ ਰਾਈਟਿੰਗ ਮਾੜੀ ਆ, ਠੀਕ ਹੈ। ਉਹ 'ਤੇ ਆਪਾਂ ਨੂੰ ਗੌਰ ਕਰਨਾ ਪੈਣਾ। ਜੇ ਉਹ ਪੜ੍ਹਿਆ ਜਾ ਰਿਹਾ ਤਾਂ ਮਤਲਬ ਆਪਣੀ ਆਊਟਲਾਈਨ ਸਹੀ ਆ, ਆਪਣੀ ਟੈਕਨੀਕ ਦੇ ਅਕੋਰਡਿੰਗ ਲਿਖਿਆ ਹੋਇਆ ਉਹ ਜਦੋਂ ਮਰਜ਼ੀ ਪੜ੍ਹ ਲਈ ਉਹਨੇ ਸਾਫ਼ ਪੜ੍ਹਿਆ ਜਾਣਾ ਆ। ਅਤੇ ਜੇ ਆਪਾਂ ਅੱਜ ਕਰੰਟਲੀ ਵੀ ਲਿਖਿਆ ਪੈਰਾ ਉਹ ਤਾਂ ਪੜ੍ਹਿਆ ਜਾ ਰਿਹਾ ਪਰ ਪੁਰਾਣਾ ਨਹੀਂ ਪੜ੍ਹਿਆ ਜਾ ਰਿਹਾ, ਇਹ ਤਾਂ ਮਤਲਬ ਆਪਣੀ ਆਊਟਲਾਈਨ ਮਾੜੀ ਆ, ਆਪਾਂ ਟੈਕਨੀਕ ਨੂੰ ਗਲਤ ਲਿਖਿਆ ਹੋਇਆ ਤਾਂ ਆਪਣੀ ਵਰਡ ਉਹ ਭੁੱਲ ਚੁੱਕੇ ਆ। ਜੇ 10-15 ਦਿਨਾਂ ਬਾਅਦ ਉਹ ਅੱਖਰ ਭੁੱਲ ਜਾਂਦੇ ਆ ਇਹਦਾ ਮਤਲਬ ਇਹ ਆਪਣੀ ਰਾਈਟਿੰਗ ਮਾੜੀ ਆ। ਕਈ ਬੰਦੇ ਨੂੰ ਇਹ ਨਹੀਂ ਪਤਾ ਹੈਗਾ, ਉਹ ਸੋਚਦਾ ਵੀ ਮੈਂ ਸ਼ਾਇਦ ਅੱਜ ਹੀ ਮੇਰੇ ਤੋਂ ਇੱਦਾਂ ਗਲਤ ਹੋ ਰਿਹਾ, ਠੀਕ ਆ। ਜੋ 400 ਦਾ ਪਹਿਰਾ ਹੁਣੇ ਬੋਲਿਆ ਗਿਆ 5 ਮਿੰਟ 'ਚ ਪਹਿਰਾ ਬੋਲਿਆ ਜਾਣਾ, ਤੁਸੀਂ ਨਾਲ ਦੀ ਟਾਈਪ ਕਰਨਾ ਸਟਾਰਟ ਕਰ ਦਿੱਤਾ ਉਹ ਤੁਹਾਨੂੰ ਤਾਇਆ ਤਾਇਆ ਯਾਦ ਹੋਊਗਾ, ਥੋੜ੍ਹੇ ਟਾਈਮ ਬਾਅਦ ਉਹਨੇ ਭੁੱਲ ਜਾਣਾ। ਜੇ ਆਊਟਲਾਈਨ ਮਾੜੀ ਬਣਾਈ ਹੋਈ ਕੋਈ ਇਸ ਤਰ੍ਹਾਂ ਦਾ ਵਰਡ ਨਵਾਂ ਆ ਜਾਂਦਾ ਆ ਜਿਹਨੂੰ ਮੌਕੇ 'ਤੇ ਆਪਾਂ ਬਣਾ ਲੈਂਦੇ ਹਾਂ ਪਰ ਜੋ ਇਹ ਹਫ਼ਤੇ ਬਾਅਦ ਪੜ੍ਹਾਂਗੇ ਤੁਹਾਨੂੰ ਨਹੀਂ ਪੜ੍ਹਿਆ ਜਾਣਾ, ਠੀਕ ਆ। ਕੋਈ ਇੱਕ ਇਸ ਤਰ੍ਹਾਂ ਨਾਮ ਆ ਜਾਂਦਾ ਉਹਦਾ ਪਹਿਲਾਂ ਕੋਈ ਪਾ ਦੋਗੇ ਤਾਂ ਵੀ ਪੜ੍ਹਿਆ ਜਾਏਗਾ, ਜੇ ਹੁਣੇ ਹੁਣ ਨਾਲ ਦੀ ਟਾਈਪ ਕਰਤਾ। ਜੇ ਆਪਾਂ ਥੋੜ੍ਹੇ ਟਾਈਮ ਬਾਅਦ ਉਹਨੂੰ ਪੜ੍ਹਾਂਗੇ ਤੂੰ ਨਹੀਂ ਪੜ੍ਹਿਆ ਜਾਣਾ, ਅਤੇ ਜੇ ਨਹੀਂ ਪੜ੍ਹਿਆ ਜਾ ਰਿਹਾ ਇਹਦਾ ਮਤਲਬ ਕਿਸੇ ਟੈਕਨੀਕ ਦੇ ਅਕੋਰਡਿੰਗ ਨਹੀਂ ਲਿਖਿਆ ਗਿਆ, ਠੀਕ ਹੈ। ਉੱਤੇ ਗੌਰ ਕਰਨਾ ਪੈਣਾ ਹੈਗਾ, ਆਪਦੀ ਨੋਟ ਪੈਡ ਨੂੰ ਛੋਟੇ ਤੋਂ ਛੋਟਾ ਜਿੰਨਾ ਏਰੀਆ ਘਟਾਉਂਗੇ। ਨੋਟ ਪੈਡ ਆਪਣੇ ਇਸ ਲਈ ਇਸ ਤਰ੍ਹਾਂ ਦੀ ਬਣਾਈ ਗਈ ਆ, ਉਹ ਆਪਣੇ ਹੱਥ ਦੇ ਅਕੋਰਡਿੰਗ ਬਣੀ ਹੋਈ। ਆਪਾਂ ਜਦੋਂ ਵੀ ਕਿਸੇ ਅਫਸਰ ਦੇ ਕੋਲ ਖੜ੍ਹ ਕੇ ਲਿਖਣਾ ਹੈ ਤਾਂ ਖੜ੍ਹ ਕੇ ਲਿਖਣਾ ਇਸ ਤਰ੍ਹਾਂ ਦਾ ਉਹ ਵੀ ਇੱਕ ਹੱਥ ਨਾਲ ਆਪਾਂ ਨੋਟ ਪੈਡ ਨੂੰ ਫੜ ਲੈਣਾ ਅਤੇ ਇੱਕ ਹੱਥ ਨਾਲ ਆਪਾਂ ਲਿਖਣਾ, ਉਹਦੇ ਅਕੋਰਡਿੰਗ ਉਹਦੀ ਸ਼ੇਪ ਬਣੀ ਹੋਈ ਆ, ਸਾਈਜ਼ ਬਣਿਆ ਹੋਇਆ। ਅਤੇ ਹੁਣ ਆਪਾਂ ਪ੍ਰੈਕਟਿਸ ਕਰਨਾ ਆਪਣੇ ਰਜਿਸਟਰ 'ਤੇ ਆਊਟਲਾਈਨ ਜਿਹੜੀ ਆਪਣੀ ਹੋਈ ਉਹ ਵਿਗੜ ਜਾਂਦੀ ਆ, ਉਹ 'ਤੇ ਕੰਮ ਕਰਨਾ ਆਪਾਂ, ਠੀਕ ਹੈ। ਪੈੱਨ ਆਪਣੇ ਬਦਲਦੇ ਰਹੋ, ਜਿਹੜੇ ਪੈੱਨ ਨਾਲ ਤੁਸੀਂ ਲਿਖਦੇ ਪਏ ਹੋ ਜੇ ਸਪੀਡ 'ਤੇ ਆ ਗਏ ਤਾਂ ਪੈਨਸਲ ਤਾਂ ਛੱਡ ਹੀ ਦਿਉ ਆਪਦੀ, ਆਪਾਂ ਪੈੱਨ ਨਾਲ ਲਿਖਣਾ ਹੈਗਾ ਅਤੇ ਪੈੱਨ ਨੂੰ ਚੇਂਜ ਕਰਦੇ ਰਹੋ, ਜਿਹੜਾ ਤੁਹਾਡਾ ਪੈੱਨ ਤੁਹਾਨੂੰ ਫਿਕਸ ਤੁਹਾਡੇ ਚੰਗੀ ਗ੍ਰਿਪ ਵਾਲਾ, ਚੰਗੀ ਗ੍ਰਿਪ ਵਾਲਾ ਤਿਲਕਦਾ ਨਹੀਂ ਹੈਗਾ ਪੈੱਨ ਉਹ ਯੂਜ਼ ਕਰਨਾ ਹੈਗਾ ਅਤੇ ਪੈੱਨ ਨੂੰ ਬਦਲਦੇ ਰਹੋ ਆਪਦੇ ਨੂੰ, ਜਿਹੜਾ ਤੁਹਾਨੂੰ ਫਿਕਸ ਲੱਗਦਾ ਤੁਹਾਡੇ ਫਿੱਟ ਬੈਟਰ ਆ ਉਹ ਤੁਸੀਂ ਫਿਕਸ ਕਰਨਾ। ਕੋਈ ਰੂਲ ਨਹੀਂ ਹੈਗਾ ਕਿਹੜਾ ਪੈੱਨ ਯੂਜ਼ ਕਰਨਾ ਹੈਗਾ, ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਸੀਂ ਕੰਫਰਟੇਬਲ ਰਹਿੰਦੇ ਹੋ ਉਹ ਤੁਸੀਂ ਪੈੱਨ ਯੂਜ਼ ਕਰਨਾ ਹੈ, ਠੀਕ ਹੈ। ਇੱਕ ਆਪਣੀ ਨੋਟ ਪੈਡ ਹੈਗੀ ਆ, ਜਦੋਂ ਉਹ ਡਿਕਟੇਸ਼ਨ ਲਿਖਦੇ ਉਹਦੀ ਸਾਈਡ ਤੋਂ ਖੱਬੇ ਪਾਸੋਂ ਉਹਦੇ 3-4 ਪੇਜ ਪਹਿਲਾਂ ਹੀ ਮੋੜ ਦੇਣੇ ਆ, ਡਿਕਟੇਸ਼ਨ ਸਟਾਰਟ ਹੋਣ ਤੋਂ ਪਹਿਲਾਂ ਖੱਬੇ ਪਾਸੋਂ ਉਸ ਨੋਟ ਪੈਡ ਦੇ ਜਿਹੜੇ ਪੇਜ ਹੈਗੇ ਥੋੜ੍ਹੇ ਜਿਹੇ ਮੋੜ ਲੈਣੇ ਆ ਉੱਪਰ ਨੂੰ, ਵੀ ਜਦੋਂ ਡਿਕਟੇਸ਼ਨ ਚੱਲਦੀ ਵਿੱਚ ਉਸ ਪੇਜ ਨੂੰ ਪਲਟਣ ਲੱਗੇ ਟਾਈਮ ਲੱਗ ਜਾਂਦਾ। ਜੇ ਆਪਾਂ ਪੇਜ ਨਹੀਂ ਮੋੜੇ ਹੋਏ ਅਤੇ ਉਹ ਪੇਜ ਨੂੰ ਸਿੰਗਲ ਪੇਜ ਚੱਕਣਾ ਆਪਾਂ ਉਹ ਨਹੀਂ ਚੱਕਿਆ ਜਾਣਾ ਆਪਣੇ ਦੇਸ਼, ਪਹਿਲਾਂ ਥੋੜ੍ਹੇ ਜਿਹੇ ਪੇਜ ਮੋੜੇ ਹੋਣੇ ਚਾਹੀਦੇ। ਵੀ ਜਦੋਂ ਡਿਕਟੇਸ਼ਨ ਚੱਲਦੀ ਵਿੱਚ ਹੀ ਇੱਕ ਸਾਈਡ ਤੋਂ ਪਹਿਲਾਂ ਲਿਖਦੇ ਪਏ ਇੱਕ ਸਾਈਡ ਤੋਂ ਇੱਕ ਹੱਥ ਨਾਲ ਤੁਸੀਂ ਉਸ ਪੇਜ ਨੂੰ ਮਾੜਾ ਚੱਕ ਲੈਣਾ ਪਹਿਲਾਂ, ਉਹ ਪੇਜ ਚੱਕਣ ਵਾਲਾ ਪਲਟਣ ਵਾਲਾ ਟਾਈਮ ਆਪਣਾ ਬਚਣਾ ਚਾਹੀਦਾ ਹੈਗਾ। ਅਤੇ ਜਦੋਂ ਆਪਾਂ ਲਾਈਨ ਮਾਰ ਲੈਂਦੇ ਨੋਟ ਪੈਡ 'ਤੇ ਜਿਹੜਾ ਹੱਥ ਆਪਣਾ ਵਾਰੀ ਵਾਰੀ ਅੱਗੇ ਪਿੱਛੇ ਜਾ ਰਿਹਾ ਉਹ ਆਪਣਾ ਟਾਈਮਿੰਗ, ਜਦੋਂ ਆਪਾਂ ਲਾਈਨ ਮਾਰੀ ਹੋਈ ਆ ਉਹੀ ਆਪਣੀ ਟਾਈਮਿੰਗ ਬਚ ਜਾਣੀ ਆ। ਕਿਤੇ ਪ੍ਰੋਜੈਕਟਰ ਉੱਪਰ ਪੂਰਾ ਦੂਰੋਂ ਐਂ ਜਾ ਰਹੇ ਹਾਂ ਲਿਖਣ ਲੱਗੇ, ਕਿਸੇ ਤਰ੍ਹਾਂ ਉਹ ਨੋਟ ਪੈਡ 'ਤੇ ਆਪਾਂ ਇੱਕ ਥੋੜ੍ਹੇ ਏਰੀਏ ਵਿੱਚ ਘੁੰਮਾਂਗੇ। ਨੋਟ ਪੈਡ ਨੂੰ ਯੂਜ਼ ਕਰਨ ਦਾ ਕਾਰਨ ਇਹ ਸੀ, ਉਹ ਲਾਈਨਾਂ ਮਾਰਨ ਦਾ ਕਾਰਨ ਇਹੀ ਆ ਵੀ ਆਪਾਂ ਬੜਾ ਦੂਰੋਂ ਨਹੀਂ ਮੁੜਦੇ, ਨੋਟ ਪੈਡ ਦੇ ਨੇੜੇ ਨੇ ਮੁੜਦੇ, ਜਦੋਂ ਨੇੜੇ ਨੇੜੇ ਮੁੜਦੇ ਉਹ ਵਾਪਸ ਆਉਣ ਵਾਲਾ ਲਿਖ ਕੇ ਤੁਹਾਨੂੰ ਗਏ ਫਿਰ ਵਾਪਸ ਆਏ ਉਹ ਟਾਈਮ ਹੀ ਬਚਣਾ ਆਪਣਾ। ਪੈਨਸਲ ਨੂੰ ਵਾਰੀ ਵਾਰੀ ਪੈੱਨ ਨੂੰ ਵਾਰੀ ਵਾਰੀ ਚੱਕਣਾ ਨਹੀਂ ਹੈਗਾ, ਸੁਣਨਾ ਪਹਿਲਾਂ, ਥੋੜ੍ਹਾ ਉੱਤੇ ਚੜ੍ਹ ਕੇ ਰਹਿਣਾ ਹੁੰਦਾ ਜਿਹੜਾ ਡਿਕਟੇਸ਼ਨ ਬੋਲ ਰਿਹਾ ਉੱਤੇ ਚੜ੍ਹ ਕੇ ਰਹਿਣਾ ਅਤੇ ਉਹਨੂੰ ਬੋਲਣ ਦੇਣਾ ਥੋੜ੍ਹਾ ਜਿਹਾ ਫਿਰ ਬੋਲਣਾ। ਹੁਣ ਇਸ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਉਹ ਤੋਂ ਥੋੜ੍ਹਾ ਡਾਕਟਰ ਬੋਲਿਆ, ਤੁਸੀਂ ਉੱਥੇ ਪੈਨਸਲ ਨੂੰ ਚੱਕ ਨਹੀਂ ਲੈਣਾ, ਤੁਸੀਂ ਅਗਲਾ ਵਰਡ ਸੁਣਨਾ ਵੀ ਅਗਲਾ ਕੀ ਬੋਲ ਰਹੇ ਆ, ਕੀ ਪਤਾ ਉਹ ਅੱਖਰ ਜੁੜਨ ਵਾਲਾ ਹੀ ਹੋਵੇ। ਜੇ ਉਹ ਡਾਕਟਰ ਮਨਮੋਹਨ ਸਿੰਘ ਅਲੱਗ ਅਲੱਗ ਬੋਲਦਾ ਤੁਸੀਂ ਡਾਕਟਰ 'ਤੇ ਰੁਕ ਜਾਓ, ਪੈਨਸਲ ਚੱਕਣਾ ਨਹੀਂ ਹੈਗਾ, ਨਾਲੇ ਮਾਮਾ ਅਤੇ ਸਿੰਘ ਇਕੱਠੇ
ਜਦੋਂ ਵੀ ਡਿਕਟੇਸ਼ਨ ਲਿਖਦੇ ਹੈਗੇ ਹਾਂ ਤੁਸੀਂ ਸ਼ਾਂਤ, ਠੀਕ ਹੈ, ਮੈਡੀਟੇਸ਼ਨ ਕਰਿਆ ਕਰੋ, ਥੋੜ੍ਹਾ ਦਿਮਾਗ ਰਿਲੈਕਸ ਰਹੇ। ਦਿਮਾਗ ਜੇ ਆਪਾਂ ਨੂੰ ਵਰਡ ਸੁਣੇ ਨਾ, ਜੇ ਵਰਡ ਸੁਣੇ ਨਹੀਂ ਤਾਂ ਲਿਖਾਂ ਕਿਵੇਂ? ਜੋ ਤੁਹਾਡਾ ਪੂਰਾ ਫੋਕਸ ਹੈਗਾ ਉਸ ਬੰਦੇ ਦੀ ਆਵਾਜ਼ 'ਤੇ, ਜੇ ਦਿਮਾਗ ਤੁਹਾਡੇ ਕੁਛ ਹੋਰ ਚੱਲਦਾ ਪਿਆ, ਕਿਸੇ ਨੂੰ ਬੋਲੀ ਜਾ ਰਿਹਾ, ਤੁਹਾਨੂੰ ਸੁਣ ਵੀ ਰਿਹਾ, ਪਰ ਆਡੀਓ ਫਿਰ ਗਲਤ ਬਣ ਰਹੀ ਹੈ। ਕਈ ਇਸ ਤਰ੍ਹਾਂ ਹੁੰਦਾ ਵੀ ਵਰਡ ਬਹੁਤ ਸੌਖਾ ਹੁੰਦਾ ਅਤੇ ਉਹਦੀ ਆਡੀਓ ਆਪਾਂ ਫਾਸਟ ਕਰਕੇ ਉਹਦੀ ਗਲਤ ਬਣਾ ਲੈਂਦੇ, ਬਟ ਪੜ੍ਹਿਆ ਨਹੀਂ ਜਾਂਦਾ। ਜੋ ਰਿਲੈਕਸ ਰਹਾਂਗੇ, ਪੂਰਾ ਕੌਨਸੈਪਟ ਉੱਥੇ ਹੋਵੇ, ਬਿਲਕੁਲ ਸ਼ਾਂਤੀ ਹੋਣੀ ਚਾਹੀਦੀ ਹੈ। ਉਹ ਸ਼ਾਂਤੀ ਤਾਂ ਹੀ ਹੈ ਕਿ ਜੇ ਆਪਾਂ ਰਿਲੈਕਸ ਬੈਠਾਂਗੇ, ਮੈਡੀਟੇਸ਼ਨ ਕਰਾਂਗੇ ਅਤੇ ਆਪਦੇ ਦਿਮਾਗ ਨੂੰ ਫੋਕਸ ਕਰਾਂਗੇ, ਜਿਹੜੀ ਬਿਨਾਂ ਗਲਤ ਸੋਚਾਂ ਚੱਲਦੀਆਂ ਪਈਆਂ ਉਹਨੂੰ ਰੋਕਾਂਗੇ। ਡਿਕਟੇਸ਼ਨ ਲਿਖਦੇ ਟਾਈਮ ਕੁਛ ਨਹੀਂ ਸੋਚਣਾ ਹੋਰ, ਉਹਦੀ ਤੁਸੀਂ ਹੁਣ ਪ੍ਰੈਕਟਿਸ ਕਰਨੀ, ਤੁਸੀਂ ਅੱਜ ਟਰਾਈ ਕਰੋ, ਤੁਸੀਂ ਵੇਖੋ ਆਪਦੇ ਆਪ ਨੂੰ ਵੀ ਤੁਸੀਂ ਉਸ ਟਾਈਮ 'ਤੇ ਕੀ ਸੋਚਦੇ ਪਏ ਹੋ, ਜਦੋਂ ਡਿਕਟੇਸ਼ਨ ਚੱਲਦੀ ਪਈ ਹੈ ਉਸ ਟਾਈਮ ਕੀ ਸੋਚਦੇ ਹੋ, ਉਸ ਸੋਚ ਨੂੰ ਰੋਕਣਾ ਹੈ। ਜਦੋਂ ਸੋਚ ਰੋਕੀ ਹੈ, ਸਿਰਫ 5 ਮਿੰਟ ਵਾਸਤੇ ਆਪਦੀ ਸੋਚ ਨੂੰ ਤੁਹਾਡਾ ਦਿਮਾਗ 'ਚ ਬਿਨਾਂ ਗਲਤ ਸੋਚਾਂ ਚੱਲਦੀਆਂ ਪਈਆਂ ਉਹਨੂੰ ਰੋਕ ਲਓ, ਉਹ ਸਾਰੀ ਐਨਰਜੀ ਜਿਹੜੀ ਹੈਗੀ ਤੁਹਾਨੂੰ ਉਸ ਡਿਕਟੇਸ਼ਨ 'ਤੇ ਆਏਗੀ, ਤੁਸੀਂ ਤੁਹਾਡਾ ਫੋਕਸ ਹੋ ਜਾਏਗਾ। ਫੋਕਸ ਇਸ ਚੀਜ਼ ਨੂੰ ਕਹਿੰਦੇ ਆ ਵੀ ਕੁਛ ਹੋਰ ਨਾ ਦਿਮਾਗ ਦੇ ਵਿੱਚ ਆਵੇ, ਜਿਸ ਚੀਜ਼ ਨੂੰ ਕਰ ਰਹੇ ਹਾਂ ਸਿਰਫ ਤੁਹਾਡਾ ਫੋਕਸ ਇਸੇ ਗੱਲ 'ਤੇ ਰਹੇ। ਹੁਣ ਤੁਸੀਂ ਮੇਰੀ ਡਿਕਟੇਸ਼ਨ ਮੇਰੀ ਹੁਣ ਵੀਡੀਓ ਸੁਣਦੇ ਪਏ ਹੋ, ਜੇ ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਆ ਤਾਂ ਮੇਰੀਆਂ ਗੱਲਾਂ ਅੱਧੀਆਂ ਤੁਹਾਨੂੰ ਸਮਝ ਲੱਗਣੀਆਂ ਨਹੀਂ। ਜੇ ਤੁਹਾਡੇ ਦਿਮਾਗ 'ਚ ਕੋਈ ਹੋਰ ਗੱਲ ਚੱਲਦੀ ਪਈ ਆ ਅਤੇ ਮੇਰੀ ਵੀਡੀਓ ਸੁਣਦੇ ਪਏ ਹੋ, ਤਾਂ ਤੁਹਾਨੂੰ ਅੱਧੀ ਗੱਲਾਂ ਮੇਰੀਆਂ ਸਮਝ ਨਹੀਂ ਲੱਗਣੀਆਂ। ਇਸ ਕਰਕੇ ਤੁਹਾਡਾ ਫੋਕਸ ਡਿਕਟੇਸ਼ਨ 'ਤੇ ਹੋਣਾ ਬਹੁਤ ਜ਼ਰੂਰੀ ਆ, ਅਤੇ ਆਪਦੀ ਡਿਕਟੇਸ਼ਨ ਬੋਲਣ ਵਾਲਾ ਬੰਦਾ ਵੀ ਚੇਂਜ ਕਰਦੇ ਰਹਿਣਾ ਉਹਦੀ ਵਾਇਸ। ਹੁਣ ਪੰਜਾਬ ਬਹੁਤ ਵੱਡਾ ਹੈਗਾ ਅਤੇ ਬਹੁਤ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਇਹਦੇ ਵਿੱਚ, ਠੀਕ ਹੈ। ਤੁਹਾਡੇ ਪੇਪਰ ਵਿੱਚ ਬੰਦੇ ਕਿਹੜੀ ਡਿਊਟੀ ਲੱਗਣੀ ਆ? ਸਾਡੇ ਮਾਲਵੇ ਵਾਲੇ ਦੀ ਲੱਗਣੀ ਡਿਊਟੀ, ਕਿ ਮਾਝੇ ਵਾਲੀ ਲੱਗਣੀ, ਦੁਆਬ ਵਾਲੀ ਲੱਗਣੀ, ਪਾਂਧਿਆਂ ਦੀ ਲੱਗਣੀ ਆ, ਠੀਕ ਹੈ। ਤੁਸੀਂ ਆਪਦਾ ਦੇਖਣਾ ਵੀ ਕਿਹੜਾ ਬੰਦਾ ਕਿਸ ਸਟਾਈਲ ਨਾਲ ਬੋਲਦਾ। ਇਸ ਕਰਕੇ ਤੁਹਾਨੂੰ ਡਿਕਟੇਸ਼ਨ ਅਲੱਗ ਅਲੱਗ ਟਰਾਈ ਕਰਨੇ ਪੈਣੇ ਆ, ਬਹੁਤ ਯੂਟਿਊਬ ਚੈਨਲ ਬਣ ਗਏ ਆ, ਉਹਨਾਂ ਸਾਰੇ ਬੰਦੇ ਨੂੰ ਤੁਸੀਂ ਟਰਾਈ ਕਰਨੀ ਆ। ਤੁਸੀਂ ਆਪਦੇ ਟੀਚਰ ਦੇ ਹੱਕ 'ਚ ਨਹੀਂ ਹੋਣਾ ਵੀ ਤੁਸੀਂ ਇੱਕ ਬੰਦਾ ਹੀ ਲਿਖਾ ਰਿਹਾ, ਤੁਹਾਨੂੰ ਉਹਦੀ ਆਦਤ ਪੈ ਗਈ ਹੈ, ਤੁਹਾਡੇ ਹੋਰ ਕਿਸੇ ਹੋਰ ਬੰਦੇ ਦੀ ਵਰਡਿੰਗ ਕਿਸੇ ਸੇਮ ਅੱਖਰ ਨੂੰ ਕੋਈ ਹੋਰ ਬੰਦਾ ਕਿਸੇ ਹੋਰ ਤਰੀਕੇ ਨਾਲ ਬੋਲਦਾ, ਤਾਂ ਤੁਹਾਨੂੰ ਸਮਝ ਨਹੀਂ ਲੱਗਣੀ। ਇਸ ਕਰਕੇ ਤੁਹਾਨੂੰ ਵੱਖਰੀਆਂ ਵੱਖਰੀਆਂ ਡਿਕਟੇਸ਼ਨ ਮੇਲ ਫੀਮੇਲ ਸਾਊਂਡ ਨੂੰ ਟਰਾਈ ਕਰਨਾ ਪੈਣਾ, ਫਿਰ ਪੇਪਰ ਆਪਣਾ ਪਾਸ ਹੋਏਗਾ। ਇਹ ਨਾ ਹੋਵੇ ਤੁਹਾਡੀ ਸਪੀਡ ਬਣ ਜਾਵੇ, ਤੁਹਾਡੀ ਐਕੂਰੇਸੀ ਹੋ ਜਾਵੇ, ਤੁਹਾਨੂੰ ਵਰਡ ਸਮਝ ਨਹੀਂ ਲੱਗਣ। ਡਿਕਟੇਸ਼ਨ ਬੋਲਣ ਵਾਲੇ ਦੀ ਗਲਤੀ ਨਹੀਂ ਆਪਾਂ ਕੱਢ ਸਕਦੇ। ਇਸ ਕਰਕੇ ਤੁਹਾਨੂੰ ਵਰਡਿੰਗ ਆਪਦੀ ਜੇ ਤੁਹਾਡੇ ਗਰੁੱਪ 'ਚ ਤੁਸੀਂ ਲਿਖਦੇ ਪਏ ਹੋ, ਤੁਸੀਂ ਆਪਦੇ ਗਰੁੱਪ ਵਿੱਚ ਵੀ ਬੰਦੇ ਬਦਲ ਬਦਲ ਕੇ ਡਿਕਟੇਸ਼ਨ ਬੁਲਾਓ। ਜੇ 10 ਬੰਦੇ ਬੈਠੇ ਆ ਤਾਂ ਅਲੱਗ ਅਲੱਗ ਡਿਕਟੇਸ਼ਨਾਂ ਹੋਣੀ ਚਾਹੀਦੀਆਂ ਹੈ, ਠੀਕ ਹੈ। ਵਾਰੀ ਵੀ ਡਿਊਟੀ ਲਾਓ ਵੀ ਕੋਈ ਲਿਖਾਵੇ ਕੋਈ ਲਿਖੇ, ਠੀਕ ਹੈ। ਤਾਂ ਇਕੱਲੇ ਟੀਚਰ 'ਤੇ ਡਿਪੈਂਡੈਂਟ ਵੀ ਰਹਿਣਾ ਆਪਾਂ, ਤੁਹਾਡੀ ਹੁਣ ਟੀਚਰ ਕਿੰਨੇ ਕੁ ਇੰਸਟੀਚਿਊਟ ਦੇ ਵਿੱਚ ਹੋਣਗੇ, 2 ਹੋਣਗੇ 3 ਹੋਣਗੇ, ਉਹ ਇੰਨੇ ਕੁ ਤੁਹਾਨੂੰ ਹੱਥ ਪੈ ਜਾਏਗੀ ਉਸ ਬੰਦੇ ਦੀ ਲਿਖਾਉਣ ਵਾਲੇ ਦੀ। ਇਸ ਕਰਕੇ ਤੁਸੀਂ ਆਪਦੇ ਗਰੁੱਪ ਦੇ ਵਿੱਚ ਕਿੰਨੇ ਸਟੂਡੈਂਟ ਹੈਗੇ ਆ, ਵਾਰੀ ਵਾਰੀ ਡਿਕਟੇਸ਼ਨ ਇੱਕ ਦੂਜੇ ਨੂੰ ਬੋਲਿਆ ਕਰੋ। ਜੇ ਤੁਹਾਨੂੰ ਸਾਊਂਡ, ਕਿਉਂਕਿ ਸਾਰਾ ਕੰਨਾਂ ਥਰੂ ਜਾਣਾ ਕੰਮ, ਜਿਹੜੀ ਪ੍ਰੈਕਟਿਸ ਕਰਦੇ ਹਾਂ ਅੱਖਾਂ ਥਰੂ ਕਰਦੇ ਹਾਂ, ਜਿਹੜੀ ਡਿਕਟੇਸ਼ਨ ਮਿਲਣੀ ਉਹ ਕੰਨਾਂ ਥਰੂ ਮਿਲਣੀ ਆ। ਜੇ ਆਪਾਂ ਨੂੰ ਕੰਨਾਂ ਥਰੂ ਸਹੀ ਜਾਏਗੀ ਤਾਂ ਉਹਦੀ ਦਿਮਾਗ ਵਿੱਚ ਪਿਕਚਰ ਬਣੇਗੀ ਜਿਹਨੂੰ ਤੁਸੀਂ ਸ਼ੋਰਟਨ ਦੇ ਵਿੱਚ ਟਰਾਂਸਕ੍ਰਿਪਟ ਕਰਨਾ ਆ, ਠੀਕ ਹੈ। ਇਸ ਕਰਕੇ ਤੁਹਾਡਾ ਫੋਕਸ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ।